ਕਈ ਦਿਨਾਂ ਤੋਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਮਜੀਠੀਆ ਵਿਚਾਲੇ ਗੈਂਗਸਟਰਾਂ ਨੂੰ ਲੈ ਸ਼ਬਦੀ ਵਾਰ ਚੱਲ ਰਹੀ ਹੈ। ਇਸੇ ਦੇ ਦਰਮਿਆਨ ਹੀ ਹੁਣ ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਸੁਖਜਿੰਦਰ ਰੰਧਾਵਾ ਤੇ ਸ਼ਬਦੀ ਹਮਲਾ ਕੀਤਾ। ਉਹਨਾਂ ਕਿਹਾ ਕਿ ਸਰਕਾਰ ਦੇ ਵੱਲੋਂ ਸਿਆਸੀ ਫਾਇਦੇ ਦੇ ਲਈ ਗੈਂਗਸਟਰਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਇੱਥੋਂ ਤੱਕ ਸੁਖਬੀਰ ਬਾਦਲ ਨੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਹੀ ਗੈਂਗਸਟਰ ਤੱਕ ਵੀ ਆਖ ਦਿੱਤਾ। ਬੇਸਿਕਲੀ ਜੇ ਸਰਕਾਰ ਹੀ ਟੈਰਰਿਸਟ ਆਪਣੇ ਗੈਂਗਸਟਰ ਨੂੰ ਪਾਲਣ ਲੱਗ ਜੇ ਅਤੇ ਗੈਂਗਸਟਰ ਨੂੰ ਯੂਜ਼ ਕਰੇ ਆਪਣੇ ਪੋਲੀਟੀਕਲ ਮੋਟਿਵਸ ਵਾਸਤੇ ਤੇ ਫਿਰ ਹੋਊਗਾ ਕੀ? ਸਾਰੇ ਗੈਂਗਸਟਰ ਨੂੰ ਪੂਰੀ ਪ੍ਰੋਟੈਕਸ਼ਨ ਹੈ ਪੰਜਾਬ ਸਰਕਾਰ ਦੀ। ਜੇਲ੍ਹ ਮਿਨਿਸਟਰ ਆਪ ਵੱਡਾ ਗੈਂਗਸਟਰ ਬਣਿਆ ਫਿਰਦਾ, ਕਿਉਂਕਿ ਜੇ ਮਿਨਿਸਟਰ ਅਤੇ ਸੀਐਮ ਦੀ ਸਾਰੇ ਜਦੋਂ ਉਹਨਾਂ ਸਰਕਾਰ ਹੀ ਇੰਟਰੈਸਟ ਦੇ ਰਹੀ ਹੋਏ ਤਾਂ ਹੋਊਗਾ ਕੀ? ਕੀ ਸੀਬੀਆਈ ਦੀ ਮੰਗ ਹੋਊਗੀ? 100% ਵੀ ਵਿਲ ਗੈਟ ਆਫਟਰ ਦੈਮ। ਜੇ ਕੁਛ ਨਹੀਂ ਹੁੰਦਾ 2 ਸਾਲ ਬਾਅਦ ਫੜ ਕੇ ਸਾਰੇ ਅੰਦਰ ਕਰਾਂਗੇ ਐਂਡ ਦ ਇਨਵੋਲਵਮੈਂਟ ਆਫ ਮਿਨਿਸਟਰਸ ਵਿਲ ਬੀ ਸ਼ੋਨ ਟੂ ਦ। ਦੱਸਦੀਏ ਕਿ ਵਿਕਰਮ ਮਜੀਠੀਆ ਤੇ ਸੁਖਜਿੰਦਰ ਰੰਧਾਵਾ ਦੇ ਵੱਲੋਂ ਪਿਛਲੇ ਕਈ ਦਿਨਾਂ ਤੋਂ ਇੱਕ ਦੂਜੇ ਤੇ ਗੈਂਗਸਟਰਾਂ ਨੂੰ ਲੈ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤੇ ਮਜੀਠੀਆ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਧਮਕੀਆਂ ਵੀ ਮਿਲ ਰਹੀਆਂ ਨੇ, ਜਿਸ ਨੂੰ ਲੈ ਕੇ ਹੁਣ ਦੋਨਾਂ ਹੀ ਪਾਰਟੀਆਂ ਦੇ ਵਿਚਾਲੇ ਸਿਆਸੀ ਬਿਆਨਬਾਜ਼ੀ ਹੋਰ ਤੇਜ਼ ਹੁੰਦੀ ਨਜ਼ਰ ਆ ਰਹੀ ਹੈ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ, ਦੈਨਿਕ ਸਵੇਰਾ ਟੀਵੀ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਣਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।